किसान दा पोता मैं, जरूरी नहीं भी किसान जिहड़ा भी उह खेतां विच ही अपना ट्रैक्टर दे जोर विखावे। तो असी रेस्टोरेंट भी इत्थे बना के आपां तुरदा फिरदा एक रेस्टोरेंट आ, इह भी आपां दिखा सकदे। ਜਦੋਂ ਲੋਕ ਤੁਹਾਡੇ ਇਸ ਕਨਸੈਪਟ ਦੀ ਤਾਰੀਫ ਕਰਦੇ ਫਿਰ ਕਿਸਾ ਲੱਗਦਾ ਹੈ? ਹਾਂਜੀ, ਬਹੁਤ ਪ੍ਰਾਊਡ ਫੀਲ ਹੁੰਦਾ। ਬੜਾ ਪਿਆਰ ਸਤਿਕਾਰ ਦਿੰਦੇ ਆ ਸਾਰੇ ਸਾਨੂੰ। ਕਈ ਸਾਡੇ ਹੁਣ ਰੈਗੂਲਰ ਕਸਟਮਰ ਬਣ ਚੁੱਕੇ ਆ, ਜਿਹੜੇ ਬਾਰ ਬਾਰ ਆਉਂਦੇ, ਬਾਰ ਬਾਰ ਉਹ ਰਿਪੀਟ ਕਰਦੇ ਆਪਣੀਆਂ ਡਿਸ਼ਿਜ਼ ਨੂੰ। ਅੱਜ ਕਿਤੇ ਨਾ ਕਿਤੇ ਪ੍ਰੋਫੈਸਰ ਹੋਣਾ ਸੀ ਆਪਾਂ, ਅਤੇ ਆਪਾਂ ਇਸ ਕਨਸੈਪਟ ਵਿੱਚ ਨਾਲ ਜੁੜ ਗਏ, ਅਤੇ ਕਿਸੇ ਲੱਗਦਾ ਨਹੀਂ ਵੀ ਇਹ ਲਾਈਨ ਠੀਕ ਸੀ ਜਾਂ ਐਮ ਏ ਇੰਗਲਿਸ਼ ਕਰਕੇ ਪ੍ਰੋਫੈਸਰ ਲੱਗਦੇ? ਰੋਜ਼ੀ ਰੋਟੀ ਹਰ ਕਿਸੇ ਨੇ ਕਮਾਉਣੀ, ਮਿਹਨਤ ਕਰਨੀ ਆ। ਅੱਜ ਸਾਡੀ ਯੂਥ ਵਿੱਚ ਇੱਕ ਦੌੜ ਲੱਗੀ ਹੋਈ ਆ ਫੋਰਨ ਜਾਣ ਦੀ, ਪਰ ਅਸੀਂ ਇਹਦੇ ਨਾਲ ਪ੍ਰੈਫਰ ਕੀਤਾ ਕਿ ਪੰਜਾਬ ਵਿੱਚ ਰਹਿ ਕੇ, ਆਪਣੇ ਪਰਿਵਾਰਾਂ ਵਿੱਚ ਰਹਿ ਕੇ, ਬੱਚਿਆਂ ਵਿੱਚ ਰਹਿ ਕੇ, ਇੱਥੇ ਆਪਣੀ ਧਰਤੀ 'ਤੇ ਮਿਹਨਤ ਕਰੀਏ। ਤੁਸੀਂ ਆਪਣੀ ਜ਼ਿੰਦਗੀ ਵਿੱਚ ਟਰੈਕਟਰ ਤਾਂ ਬਹੁਤ ਦੇਖੇ ਹੋਣਗੇ, ਪਰ ਜਿਹੜਾ ਇਹ ਟਰੈਕਟਰ ਦੇਖ ਰਹੇ ਹੋ ਇਹ ਬਹੁਤ ਹੀ ਖਾਸ ਟਰੈਕਟਰ ਹੈ, ਕਿਉਂਕਿ ਇਹ ਟਰੈਕਟਰ ਰੈਸਟੋਰੈਂਟ ਹੈ ਔਰ ਇਸ ਟਰੈਕਟਰ ਰੈਸਟੋਰੈਂਟ ਨੂੰ ਖੋਲ੍ਹਿਆ ਹੈ ਗੁਰਸਿੱਖ ਜੋੜੇ ਨੇ, ਰਾਜਵੀਰ ਕੌਰ ਅਤੇ ਨਾਲ ਕਰਨ ਪ੍ਰਤਾਪ ਸਿੰਘ। ਤਾਂ ਗੱਲਬਾਤ ਵੀ ਇਹਨਾਂ ਨਾਲ ਕਰਾਂਗੇ, ਇਹ ਕਨਸੈਪਟ ਕਿੱਥੋਂ ਦਿਮਾਗ ਵਿੱਚ ਆਇਆ ਅਤੇ ਕੀ ਇੱਥੇ ਕੀ ਉਹ ਖਾਣ ਨੂੰ ਮਿਲ ਜਾਂਦਾ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਇਹ ਦੱਸੋ ਜੀ, ਇਹ ਜਿਹੜਾ ਕਨਸੈਪਟ ਹੈ ਆਪਣੀ ਤਰ੍ਹਾਂ ਦਾ ਵੱਖਰਾ ਕਨਸੈਪਟ ਆ, ਟਰੈਕਟਰ ਟਰਾਲੀ ਨੇ ਬੜੀਆਂ ਸਾਰੀਆਂ ਵੇਖੀਆਂ, ਅਸੀਂ ਬੜੀ ਸਾਰੀਆਂ ਵੇਖੀਆਂ, ਪਰ ਇਹ ਜਿਹੜਾ ਕਿ ਟਰੈਕਟਰ ਰੈਸਟੋਰੈਂਟ ਪਹਿਲੀ ਵਾਰ ਦੇਖ ਰਹੇ ਹਾਂ, ਇਹ ਕਨਸੈਪਟ ਕਿੱਥੋਂ ਮਾਇੰਡ ਵਿੱਚ ਆਇਆ? ਹਾਂਜੀ, ਸਾਨੂੰ ਨਾ ਬਾਹਰੋਂ ਖਾਣ ਪੀਣ ਦਾ ਕਾਫੀ ਸ਼ੌਂਕ ਸੀਗਾ, ਫਿਰ ਹੌਲੀ ਹੌਲੀ ਅਸੀਂ ਘਰ ਸਟਾਰਟ ਕੀਤਾ ਬਣਾਉਣਾ, ਅਤੇ ਘਰ ਤੋਂ ਬਾਅਦ ਫਿਰ ਹੁਣ ਅਸੀਂ ਮਾਰਕੀਟ ਵਿੱਚ ਆਏ ਹਾਂ ਇਹ ਲੈ ਕੇ। ਕੀ ਇੱਥੇ ਤੁਸੀਂ ਲੋਕਾਂ ਨੂੰ ਮੁਹੱਈਆ ਕਰਵਾ ਰਹੇ ਹੋ? ਅਸੀਂ ਇਟਾਲੀਅਨ ਵੀ ਦੇ ਰਹੇ ਹਾਂ ਅਤੇ ਚਾਈਨੀਜ਼ ਵੀ ਦੇ ਰਹੇ ਹਾਂ, ਕਾਫੀ ਸਾਰੀ ਆਈਟਮਾਂ ਤੁਸੀਂ ਪਿੱਛੇ ਦੇਖ ਸਕਦੇ ਹੋ, ਕਾਫੀ ਸਾਰੀ ਲੱਗੀਆਂ ਹੋਈਆਂ, ਪੀਜ਼ਾ, ਗਾਰਲਿਕ ਬ੍ਰੈਡ, ਸਟੱਫ ਗਾਰਲਿਕ ਬ੍ਰੈਡ, ਪਾਸਤਾ, ਜ਼ਿੰਗੀ ਪਾਰਸਲ, ਪਨੀਰ ਪਾਰਸਲ, ਅਤੇ ਇੱਦਾਂ ਹੀ ਚਾਈਨੀਜ਼ ਵਿੱਚ ਕਾਫੀ ਸਾਰੀ ਆਈਟਮਸ ਹੈਗੀਆਂ, ਮਨਚੂਰੀਅਨ, ਨਿਊਡਲ, ਸਪਰਿੰਗ ਰੋਲ। ਹਾਂਜੀ, ਲੋਕ ਜਦੋਂ ਦੇਖਦੇ ਨੇ ਟਰੈਕਟਰ ਰੈਸਟੋਰੈਂਟ ਤਾਂ ਲੋਕਾਂ ਦੇ ਮਨ ਵਿੱਚ ਬੜੀ ਸਾਰੀਆਂ ਸਵਾਲ ਵੀ ਆਉਂਦੇ ਹੋਣਗੇ, ਭਾਅ ਜੀ ਇਹ ਚੀਜ਼ ਹੈ ਕੀ, ਕਨਸੈਪਟ ਕੀ ਆ? ਬਸ ਇਹ ਟਰੈਕਟਰ ਸਾਡਾ ਜਿਹੜਾ ਇਹ 1990 ਮਾਡਲ ਆ, ਇਹ ਆਪ ਤਿਆਰ ਕੀਤਾ ਕਿਸਾਨ ਦਾ ਪੋਤਾ ਮੈਂ, ਜ਼ਰੂਰੀ ਨਹੀਂ ਵੀ ਕਿਸਾਨ ਜਿਹੜਾ ਵੀ ਉਹ ਖੇਤਾਂ ਵਿੱਚ ਹੀ ਆਪਣਾ ਟਰੈਕਟਰ ਦੇ ਜ਼ੋਰ ਵਿਖਾਵੇ, ਅਤੇ ਅਸੀਂ ਰੈਸਟੋਰੈਂਟ ਵੀ ਇੱਥੇ ਬਣਾ ਕੇ ਆਪਾਂ ਤੁਰਦਾ ਫਿਰਦਾ ਇੱਕ ਰੈਸਟੋਰੈਂਟ ਆ, ਇਹ ਵੀ ਆਪਾਂ ਦਿਖਾ ਸਕਦੇ। ਇਹ 'ਚ ਕੀ ਚੀਜ਼ ਤੁਸੀਂ ਜਿਹੜੀ ਕਿ ਉਹ ਅਸੈਂਬਲ ਕਰਵਾਈ, ਤਿਆਰ ਕਰਵਾਈ ਹੈਗੀ ਨਾਲ? ਇਹਦੇ ਵਿੱਚ ਡੀਪ ਫ੍ਰੀਜ਼ਰ ਵੀ ਹੈਗਾ ਆ ਅਤੇ ਪੀਜ਼ਾ ਓਵਨ ਵਗੈਰਾ ਸਾਰਾ ਕੁਛ ਹੈਗਾ ਅਵੇਲੇਬਲ ਆ, ਅਤੇ ਨਾਲ ਤੁਹਾਡੇ ਵਾਈਫ ਵੀ ਨਾਲ ਸਾਥ ਦੇ ਰਹੇ ਨੇ, ਕਿਸ ਤਰ੍ਹਾਂ ਦਾ ਫਿਰ ਜਿਹਨੂੰ ਜੋੜਾ ਬਿਲਕੁਲ ਗੁਰਸਿੱਖ ਜੋੜਾ ਕੰਮ ਕਰਦਾ ਵਿਖਾਈ ਦਿੰਦਾ, ਅਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਦਾ? ਹਾਂਜੀ, ਲੋਕ ਦੂਰੋਂ ਦੂਰੋਂ ਆ ਕੇ ਖਾਂਦੇ ਨੇ। ਤਾਂ ਗੱਲਬਾਤ ਵੀ ਕਰ ਲੈਂਦੇ ਰਾਜਵੀਰ ਨੇ ਇੱਥੇ। ਰਾਜਵੀਰ ਹਸਬੈਂਡ ਨਾਲ ਚਲੋ ਤੁਸੀਂ ਕਾਫੀ ਵਧੀਆ ਸਾਥ ਦੇ ਰਹੇ ਹੋ, ਜਦੋਂ ਕਨਸੈਪਟ ਹਸਬੈਂਡ ਨੇ ਤੁਹਾਨੂੰ ਸ਼ੇਅਰ ਕੀਤਾ ਸੀ ਤਾਂ ਉਸ ਤੋਂ ਬਾਅਦ ਤੁਹਾਡਾ ਰਿਐਕਸ਼ਨ ਕੀ ਸੀਗਾ? ਹਾਂਜੀ, ਮੇਰਾ ਰਿਐਕਸ਼ਨ ਇਹ ਸੀ ਕਿ ਆਪਾਂ ਕੰਮ ਕਰਨਾ, ਮਿਹਨਤ ਕਰਨੀ ਆ, ਅਤੇ ਬੜਾ ਵਧੀਆ ਇਹਨਾਂ ਨੇ ਸੁਝਾਅ ਦਿੱਤਾ ਅਤੇ ਮੈਂ ਪੂਰਾ ਸਾਥ ਦਿੱਤਾ ਇਹਨਾਂ ਦਾ, ਅਸੀਂ ਰਲ ਮਿਲ ਕੇ ਫਿਰ ਇਹ ਕਨਸੈਪਟ ਲੈ ਕੇ ਆਏ ਹਾਂ। ਅਤੇ ਜਦੋਂ ਲੋਕ ਤੁਹਾਡੇ ਇਸ ਕਨਸੈਪਟ ਦੀ ਤਾਰੀਫ ਕਰਦੇ ਫਿਰ ਕਿਸਾ ਲੱਗਦਾ? ਹਾਂਜੀ, ਬਹੁਤ ਪ੍ਰਾਊਡ ਫੀਲ ਹੁੰਦਾ। ਬੜੇ ਲੋਕ ਆਉਂਦੇ ਆ ਦੂਰੋਂ ਦੂਰੋਂ ਸਾਡੇ ਕੋਲ ਆਉਂਦੇ ਆ, ਚੰਡੀਗੜ੍ਹ ਤੋਂ, ਪਟਿਆਲਾ ਤੋਂ, ਮੋਗੇ ਤੋਂ, ਕਾਫੀ ਦੂਰੋਂ ਦੂਰੋਂ ਲੋਕ ਆਉਂਦੇ ਸਾਡੇ ਕੋਲ ਖਾਣ ਪੀਣ, ਅਤੇ ਕਾਫੀ ਵਿੱਚੋਂ ਕਹਿੰਦੇ ਵੀ ਅਸੀਂ ਵੀਡੀਓਜ਼ ਵੇਖ ਵੇਖ ਕੇ ਆਏ। ਬੜਾ ਪਿਆਰ ਸਤਿਕਾਰ ਦਿੰਦੇ ਆ ਸਾਰੇ ਸਾਨੂੰ। ਕਈ ਸਾਡੇ ਹੁਣ ਰੈਗੂਲਰ ਕਸਟਮਰ ਬਣ ਚੁੱਕੇ ਆ, ਜਿਹੜੇ ਬਾਰ ਬਾਰ ਆਉਂਦੇ, ਬਾਰ ਬਾਰ ਉਹ ਰਿਪੀਟ ਕਰਦੇ ਆਪਣੀਆਂ ਡਿਸ਼ਿਜ਼ ਨੂੰ। ਕਿੰਨਾ ਸਮਾਂ ਹੋ ਗਿਆ ਇੱਥੇ ਤੁਸੀਂ ਇਹ ਜਿਹੜਾ ਟਰੈਕਟਰ ਰੈਸਟੋਰੈਂਟ ਖੋਲ੍ਹਿਆ ਹੋਇਆ? ਲਗਭਗ 3-3.5 ਮਹੀਨੇ ਹੋ ਚੁੱਕੇ ਸਾਨੂੰ ਇੱਥੇ। ਅਤੇ ਕੀ ਇੱਥੇ ਡਿਸ਼ਿਜ਼ ਜਿਹੜੀਆਂ ਲੋਕਾਂ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ? ਹਾਂਜੀ, ਸਾਡੇ ਕੋਲ ਸਾਰਾ ਕੁਝ ਹੈਗਾ, ਚਾਈਨੀਜ਼ ਵੀ ਹੈਗਾ, ਇਟਾਲੀਅਨ ਵੀ ਹੈਗਾ, ਪੀਜ਼ਾ, ਪਾਸਤਾ, ਜ਼ਿੰਗੀ ਪਾਰਸਲ, ਪਨੀਰ ਪਾਰਸਲ, ਮਨਚੂਰੀਅਨ, ਨੂਡਲਸ, ਇਸ ਤੋਂ ਇਲਾਵਾ ਸਾਡੇ ਕੋਲ ਸ਼ੇਕਸ ਹੈਗੇ ਆ ਕਾਫੀ ਤਰ੍ਹਾਂ ਦੇ, ਕੁਲਫੀਆਂ ਵਗੈਰਾ, ਆਈਸਕ੍ਰੀਮ, ਸਾਰਾ ਕੁਝ ਅਵੇਲੇਬਲ ਆ ਸਾਡੇ ਕੋਲ। ਟੇਸਟ ਦੀ ਗੱਲ ਕਰੀਏ, ਕਿਉਂਕਿ ਅੰਮ੍ਰਿਤਸਰ ਜਾਣੇ ਟੇਸਟ ਤੋਂ ਜਾਂਦਾ ਆ, ਅਤੇ ਟੇਸਟ ਦੀ ਗੱਲ ਕਰੀਏ ਤਾਂ ਜਦੋਂ ਲੋਕ ਇੱਥੇ ਆਉਂਦੇ ਨੇ ਖਾਂਦੇ ਨੇ ਤਾਂ ਤਾਰੀਫ ਹੁੰਦੀ ਹੈ? ਹਾਂਜੀ ਬਿਲਕੁਲ, ਬਹੁਤ ਤਾਰੀਫ ਹੁੰਦੀ ਆ। ਉਹੀ ਤੁਹਾਨੂੰ ਮੈਂ ਦੱਸਿਆ ਵੀ ਕਸਟਮਰਸ ਬਾਰ ਬਾਰ ਆ ਕੇ ਰਿਪੀਟ ਕਰਦੇ ਨੇ, ਜੋ ਇੱਕ ਵਾਰੀ ਖਾਂਦੇ ਨੇ ਉਹ ਬਾਰ ਬਾਰ ਆ ਕੇ ਸਾਡੇ ਕੋਲੋਂ ਮੰਗਦੇ ਨੇ ਉਹੀ ਚੀਜ਼ਾਂ। ਬਹੁਤ ਵਧੀਆ, ਉਹਨਾਂ ਦੀ ਵੀ ਸੈਟੀਸਫੈਕਸ਼ਨ ਆ ਅਤੇ ਨਾਲ ਹੀ ਫਿਰ ਸਾਡੀ ਵੀ ਸੈਟੀਸਫੈਕਸ਼ਨ ਆ। ਪਰ ਰਾਜਵੀਰ ਐਮ ਏ ਇੰਗਲਿਸ਼ ਨੇ, ਅਤੇ ਅੱਜ ਕਿਤੇ ਨਾ ਕਿਤੇ ਪ੍ਰੋਫੈਸਰ ਹੋਣਾ ਸੀ ਆਪਾਂ, ਅਤੇ ਆਪਾਂ ਇਸ ਕਨਸੈਪਟ ਵਿੱਚ ਨਾਲ ਜੁੜ ਗਏ, ਅਤੇ
किसी लगता नहीं भी ये लाइन ठीक सी या एम ए इंग्लिश करके प्रोफेसर लगते? हाँ जी, मेरा ख्याल है कि जरूरी नहीं, आप स्टडी जो मैं पढ़ी लिखी हाँ तो जरूरी नहीं इको लाइन ही टीचर्स लिए या पढ़िया लिए भी असं सिर्फ अगे पढ़ के तो पढ़ाना ही हाँ, असं अपनी स्टडी नू होर थावां ते भी वरत सकते हैं। असं मैं हूँ पढ़ी लिखी हुई हाँ तो पर मैं इतने अपने हसबैंड नाल साथ दिता तो असं क्योंकि रोजी रोटी हर किसी ने कमानी मेहनत करनी आ। अज साडी यूथ में एक दौड़ लगी हुई है फॉरन जाण दी, पर असं इहदे नू प्रैफर किया कि पंजाब विच रह के अपने परिवारों विच रह के बच्चों विच रह के इतने अपनी धरती से मेहनत करिए। पर इतने यही धारणा भी मेहनत ज़्यादा करते हैं तो मेहनत का मुल नहीं मुड़ता, क्या समझो वो धारणा कितना कितने गलत है? जो मेहनत की हो तो मेहनत का मुल मुड़ता है? हाँ जी बिल्कुल, मेहनत का मुल मुड़ता है वा, क्योंकि असं हूँ 3-3.5 महीने तो अं इतने आए हुए हैं, सानू बहुत वधिया रिस्पोंस मिलिया, कस्टमरस का भी सारे ने प्यार सत्कार भी दिता तो साडा भी वधिया रोजी रोटी पक्षों भी वधिया चल रहा वा। जेकर आप मेहनत करिए तो मेरा ख्याल है कि बरकतां पैंदियां ही पैंदियां ने। हुण अगों सुपना की वेख्या होया? चलो ठीक है, तुसीं बड़ा वधिया कंसैप्ट लिआंदा वा ट्रैक्टर रेस्टोरेंट का, तां गां वधना हर किसी बंदे दा सुभाअ हुंदा वी अगे वधिया, हुण अगे की सुपना देखिया? हाँ जी बिल्कुल, असीं भी अगे रेस्टोरेंट बनाउण बारे सोचिआ वा भी जिवें असीं भी सैटल हो रहे हां तो क्यों ना भी आपां अपना माझे वाले दे नां ते ही रेस्टोरेंट बनावांगे, इस तों भी अगे वधांगे, असीं फूड चेन बनावांगे अपने अलग अलग जिलिआं विच अपने रेस्टोरेंट बनावांगे। जदों तुहानूं सर्च करना हुंदा तां माझे वाले फिर लोक देख के सर्च करदे ने? हाँ जी, अजय हाल की घड़ी सोशल मीडिया से अवेलेबल नहीं है असं, पर बहुत जल्द असं अपना सारा कुछ अवेलेबल करांगे, इंस्टाग्राम से फेसबुक से सारी जगह पर असं आ रहे हैं। खास करके युवा पीढ़ी नौजवान पीढ़ी जिम्मे क्या भी नौजवान जो कि बाहर का रुख करते हैं उन्होंने की खास सुनेहा देना चाहोगे? हाँ जी, उन्होंने मैं यही कहना चाहती हाँ कि अपने पंजाब की धरती गुरुआ पीरों की धरती है, गुरु नानक देव जी का उपदेश आप किरत करनी कि उन्हें अपनी धरती से रह के अपने परिवारों में रह के किरत करिए, क्योंकि बाहर जाते एक तरह गुलामी हो जाती, उत्थे जाके पेरेंट्स तो दूर रहेंगे बच्चे, फिर चिंतावान होंदिया किराए भरने फीसा भरनी अपन, फिर डिप्रैशन भी जाते बच्चे, पर आप वेखिए तो अपनी धरती तो इदा की कोई मुश्किल नहीं हैगी, इतने सारे सबर संतोख ना खाते पीते वधिया लाइफ इंजॉय करते हैं। करण जी ये दसो ये लोकेशन कितने करके हैगी, लोगों ने जो थानू तद तक पहुँच करनी हो कितने आने, साफ सफाई का किन्ना प्रबंध? साफ सफाई का असं पूरा ख्याल रखी दा है, अपने लोग पूरी कोशिश करी दी है भी आप पूरा हाइजैनिक तो साफ सुथरा चीज़ देिए, ताइयों लोग बार बार साढ़े को दूरों खाने लिए आते भी साफ सफाई होंगी साढ़े को। एड्रैस जरा विशाल बैगा मार की बैक साइड से रंजीत एवेन्यू अमृतसर, जिते कि सारी रेहड़ी मार्केट है उत्थे। हाँ जी, तो रेहड़ी मार्केट में जो कस्टमर पहुंचे ने ट्राई करने वास्ते ट्रैक्टर रेस्टोरेंट से गलबात भी कर लेने भाजी, ट्रैक्टर रेस्टोरेंट देख के फर्स्ट रिएक्शन की सी भाई किस तरह लगा था? सर असी रेहड़ी मार्केट आए सी आप घूमने वास्ते, असी आके देखा कि इतने ट्रैक्टर ट्राली वाला रेस्टोरेंट लगा हुआ वा, तो असी आके इतने देखा कि बहुत वधिया मक्की कंसैप्ट बनाया इन्होंने, तो आके असी इन्होंने वो खा के भी देखा वा, बहुत वधिया लगा सानूं। कि चीज़ जी कि तुसीं इत्थे ट्राई कीती है? असी पिज़्ज़ा वगैरह भी ट्राई किया, बहुत वधिया ने, नाल चाइनीज़ दे विच हैगे ने अपना सारा बर्गर वगैरह, अपना स्प्रिंग रोल वगैरह सारे बहुत टेस्टी है ने, बहुत अपना बहुत वधिया हैगा जी। कदे देखिया भी इस तरह की चीज़ ट्रैक्टर के पिछे जिहड़ा कि रेस्टोरेंट चलता होवे नाल ही? सर फस्ट टाइम ही वेख्या है, बहुत वधिया लगा मैनू, ये बहुत वधिया लगा, बहुत वधिया बनाया इन्होंने कंसैप्ट, बहुत वधिया चीज़ हैगी है, सारे जने करी आके इत्थे ट्राई करना, बहुत वधिया चीज़ हैगी। तो ट्रैक्टर रेस्टोरेंट से कस्टमर पहुँचने का सिलसिला जोड़ा कि वो जारी हो चुका है, गलबात भी कर लें भाजी, ये जो कंसैप्ट देख रहे हो किस तरह का कंसैप्ट है? मैं तो फस्ट टाइम देखा जी है रंजीत एवेन्यू के, मैं लंघ रहा सीगा, मैं अगे भी फैमिली के नाल आया इतने पिज़्ज़ा वगैरह ट्राई किया इन्हों का, तो वधिया वा, अच्छा लग्या वा, सारी मार्केट नवी बनी सारे इतने, पर इन्हों का कंसैप्ट जोड़ा अलग है ट्रैक्टर ट्राली के उत्ते इन्होंने ये किचन बना के रेस्टोरेंट बनाया, ये फस्ट टाइम देखने मिल रहा, वधिया लग रहा। तो खाना भी किस तरह लगा थोड़ा जो इतने तुम फूड मिलता पाया इटालियन तो चाइनीज़? मैं तो पिज़्ज़ा ट्राई किया इन्हों का और मैकरोनी की बच्चों ने लास्ट टाइम आए हे, बहुत वधिया टेस्ट है, तो ही मैं दोबारा इतने इन्हों को आया। अज सफाई का जो ध्यान रखते पूरा एक्सीलेंट, हर चीज़ वधिया, बहुत वधिया, अच्छा लगा तुम्हें? सर बहुत वधिया लगा, वधिया कंसैप्ट है, फैमिलियाँ आदि इतने और अच्छा खाना इन्हों का सारा कुछ, जो भी चाइनीज़ कॉन्टीनेंटल फूड इन्हों का वधिया। तो कस्टमर जोड़े कि इतने ट्रैक्टर रेस्टोरेंट से जोड़ा कि वो स्वाद चखण वास्ते पहुँच रहे हैं, इटालियन से जोड़ा कि चाइनीज़ फूड इतने जोड़ा कि वो मुहैया है, तो नाम है माझे वाले, तो ये जी कि रंजीत एवेन्यू की विशाल मेगा मार्ट की बैक साइड से रेहड़ी मार्केट है इतने, जिते कि गुरसिख जोड़े वालों ये जोड़ा कि रेस्टोरेंट ट्रैक्टर रेस्टोरेंट चलाया जा रहा है और
इन्हों का यह मकसद है भी लोगों स्वादले जोड़े कि खाने ने वो मुहैया करवाए जाने। तो एक वाडा सुपना है भी ये तरक्की करके मेहनत करके होर अगे जरा पहुँच सकन तो अपना एक वधिया फाइव स्टार रेस्टोरेंट जरा कि खोल सकन। दूजे पास नौजवानों भी ये वड्डी अपील करते हुए विखाई दे रहे हैं, जोड़े नौजवान विदेशों वाल दौड़ रहे हैं इत्थे ही रह के मेहनत करन तां जो कामयाबी उन्होंने कदम चुम सके। कैमरा परसन सुखपाल सिकंदर पर श्रीचा दैनिक सवेरा टीवी अमृतसर।